ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਸਵਾਲ ਪੁੱਛ ਰਹੇ ਕਿ ਕੀ ਮੇਰਾ ਸਰਪੰਚ ਮੈਟ੍ਰਿਕ ਪਾਸ ਹੈ, ਕੀ ਹੈ ਤਜਵੀਜ਼ ਪੰਜਾਬ ਦੇ ਵਿੱਚ ਹੁਣ ਜਿਹੜੀਆਂ ਚੋਣਾਂ ਹੋਣ ਵਾਲੀਆਂ ਸਪਟੰਬਰ ਦੇ ਵਿੱਚ, ਕੀ ਹੁਣ ਇਹ ਜਿਹੜੀ ਤਜਵੀਜ਼ ਰੱਖੀ ਜਾਏਗੀ ਕੈਬਨਿਟ ਦੇ ਵਿੱਚ, ਇਸ ਨੂੰ ਲੈ ਕੇ ਵਿਚਾਰ ਵਟਾਂਦਰਾ ਕਰ ਰਹੇ ਹਾਂ। ਔਰ ਤੁਹਾਨੂੰ ਦੱਸ ਦਈਏ ਕਿ ਇੱਕ ਐਲਾਨ ਆਇਆ, ਇੱਕ ਖਬਰ ਆਈ ਹੈ ਪੰਜਾਬ ਤੋਂ ਸਾਹਮਣੇ, ਕਮੇਟੀਆਂ ਨੂੰ ਡਿਸੋਲਵ ਕਰ ਦਿੱਤਾ ਗਿਆ, ਜ਼ਿਲ੍ਹਾ ਪਰਿਸ਼ਦ ਦੀ, ਬਲਾਕ ਸਮਿਤੀ ਦੀ ਔਰ ਪੰਚਾਇਤ ਦੀਆਂ ਚੋਣਾਂ ਹੋਣਗੀਆਂ ਸਪਟੰਬਰ ਦੇ ਵਿੱਚ। ਡੇਟ ਤੁਹਾਨੂੰ ਦੱਸ ਦੇਵਾਂਗੇ, ਇਸ ਮੁਤਲਕ ਹੁਣ ਤੁਹਾਡੇ ਵਿਚਾਰ ਅਸੀਂ ਜਾਣ ਰਹੇ ਹਾਂ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਵੇਖ ਪਾ ਰਹੇ ਕਿ ਕਾਫੀ ਕਾਲਸ ਮੈਨੂੰ ਆ ਰਹੀ ਹੈ ਤੇ ਇੱਕ ਕਰਕੇ ਮੈਂ ਕਾਲ ਜ਼ਰੂਰ ਲਵਾਂਗਾ। ਸਤਿ ਸ਼੍ਰੀ ਅਕਾਲ ਜੀ, ਹੈਲੋ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਬਹੁਤ ਬਹੁਤ ਧੰਨਵਾਦ ਸੁਰਿੰਦਰ ਸਿੰਘ ਜੀ, ਹੋਰ ਵੀ ਮੇਰੇ ਨਾਲ ਕਾਲ ਜੁੜ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ ਬੋਲਦਾ ਲੰਡਨ ਤੋਂ ਜੀ। ਜਸਪਾਲ ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਮੁੱਦੇ ਦੇ ਮੁਤਲਕ? ਹਾਂਜੀ, ਇਹ ਪੰਚਾਇਤ ਰਾਜ ਦੇ ਬਾਰੇ ਮੈਂ ਕਹਿਣਾ ਚਾਹੁੰਦਾ, ਤੇ ਜਿਹੜੀ ਰੂਲਿੰਗ ਪਾਰਟੀ ਹੈ ਨਾ, ਉਹਨਾਂ ਦੀ ਇਹ ਗ੍ਰਾਸ ਰੂਟ ਹੁੰਦੀ ਹੈ ਜੀ 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 ਜੀ। ਸੋ ਉਹ ਉਹਨਾਂ ਨੂੰ ਆਪਣੀ ਪਾਰਟੀ ਦੇ ਵਾਸਤੇ ਮੁੱਦੇ ਨਜ਼ਰ ਰੱਖ ਕੇ ਉਹ ਸਟਰੋਂਗ ਕਰਨਾ ਚਾਹੁੰਦੇ ਆ ਜੀ ਜੀ ਜੀ। ਇਸ ਦਾ ਇਹਦਾ ਕਮਿੰਗ ਇਲੈਕਸ਼ਨ ਇਨ ਵਿਊ ਆਫ ਦੈਟ ਉਹ ਹੁਣ ਇਸ ਵਾਸਤੇ ਕਰਾ ਰਹੇ ਆ। ਤੁਹਾਨੂੰ ਲੱਗਦਾ ਕਿ ਕੋਈ ਰਿਫਾਰਮ ਦੀ ਲੋੜ ਹੈ ਕਿ ਨਹੀਂ ਹੈ? ਰਿਫਾਰਮ ਦੀ ਹੈਗੀ ਆ, ਮਤਲਬ ਜੇ 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 ਜਿਹੜੀਆਂ ਪੰਚਾਇਤਾਂ ਹੈਗੀਆਂ ਨਾ ਜੀ ਜੀ ਜੀ, ਉਹ ਲੈਜੀਟੀਮੇਟਲੀ ਓਨਰਸਲੀ ਕੰਮ ਕਰਨ ਜੀ ਜੀ। ਅੱਛਾ, ਦੂਸਰੇ ਉਹਦੇ ਵਿੱਚ ਮੈਂ ਹੋਰ ਐਡ ਕਰਨਾ ਚਾਹੁੰਦਾ ਕਿ ਕਹਿੰਦੇ ਕਿ ਹਾਂ ਮੈਟ੍ਰਿਕ ਦੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਆ ਜੀ ਜੀ, ਦੈਟਸ ਗੁੱਡ ਜੀ। ਮਗਰ ਉਸ ਦੇ ਬਾਵਜੂਦ ਮੈਂ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਆ ਜੀ। ਥੋੜੀ ਜਾਣਕਾਰੀ ਹੋਣੀ ਚਾਹੀਦੀ ਹੈ ਲਾਅ ਦੇ ਬਾਰੇ ਕਿ ਮੇਰੇ 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 ਲੀਗਲ ਰਾਈਟਸ ਕੀ ਹੈਗੇ ਆ। ਮੈਂ ਬਿਲਕੁਲ ਤੁਹਾਡੀ ਗੱਲ ਤੋਂ ਸਹਿਮਤ ਹਾਂ ਜਸਪਾਲ ਜੀ। ਰਿਫਾਰਮ ਹਜੇ ਤੱਕ ਨਹੀਂ ਕੀਤੀਆਂ, ਜੋ ਪੁਰਾਣ ਪੁਰਾਤਨ ਚੱਲ ਰਿਹਾ ਸੀ ਉਸੀ ਨੂੰ ਅੱਗੇ ਲੈ ਕੇ ਜਾ ਰਹੇ, ਨਵੀਂ ਕੁਝ ਗੱਲ ਨਹੀਂ ਆ ਰਹੀ ਸਾਡੇ ਸਾਹਮਣੇ। ਜਿਹੜੇ ਪਿਛੜੇ ਜਿਹੜਾ ਹੈਗੀਆਂ ਆ ਉੱਥੇ ਉਹ ਉਸੇ ਤਰ੍ਹਾਂ ਦੇ ਲਾਅ ਬਿਲਕੁਲ ਜੜ ਮਜ਼ਬੂਤ ਹੋਏਗੀ ਤਾਂ ਪੇੜ ਆਪਣੇ ਆਪ ਖੁਸ਼ਹਾਲ ਹੋਏਗਾ ਔਰ ਪੇੜ ਦੇ ਵਿੱਚ ਵਧੀਆ ਫਰੂਟਸ ਵੀ ਆਉਣਗੇ ਔਰ ਵਧੀਆ ਪੱਤੇ ਵੀ ਲੱਗਣਗੇ। ਮੈਂ ਬਿਲਕੁਲ ਤੁਹਾਡੀ ਗੱਲ ਤੋਂ ਸਹਿਮਤ ਹਾਂ। ਫਿਰ ਉਹਨਾਂ ਦਾ ਕੋਈ ਅਜੰਡਾ ਬਣਾਇਆ ਜਾਵੇ ਜੀ, ਜਿਹੜਾ ਆਪਣੇ ਪਰਟੀਕੁਲਰ ਟਾਈਮ ਹਫ਼ਤੇ ਦੇ ਵਿੱਚ ਇਹਦਾ ਚਾਰ ਵੀਕ ਮੀਟਿੰਗਾਂ ਰੱਖਣ, ਉੱਥੋਂ ਉਹ ਰਿਵਿਊ ਕਰਨ ਕੀ ਪ੍ਰੋਗਰੈਸ ਹੋਈ ਆ ਜੀ, ਅੱਗੇ ਕੀ ਸੀ, ਅੱਗੇ ਕੀ ਅੱਗੇ ਲੈ ਕੇ ਜਾਣਾ ਹੈਗਾ ਮੁੱਦਾ, ਅੱਗੇ ਫਰਦਰ ਗੌਰਮੈਂਟ ਨੂੰ ਉਹ ਪਹੁੰਚਾਉਣ ਜੀ। ਐਜੂਕੇਸ਼ਨ ਦੀ ਬਹੁਤ ਬਹੁਤ ਲੋੜ ਹੈ। ਥੈਂਕ ਯੂ ਵੈਰੀ ਮਚ ਜਸਪਾਲ ਜੀ, ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਕਾਲਸ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਜਸਵੰਤ ਬੋਲਦਾ ਜੀ, ਬਰਮਿੰਗਮ ਤੋਂ, ਇੰਗਲੈਂਡ ਤੋਂ ਜੀ। ਜਸਵੰਤ ਜੀ, ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜਿਹੜਾ ਵੀ ਬੰਦਾ ਸਰਪੰਚ ਬਣਦਾ ਜਾਂ ਜਿਹੜੇ ਉਹਦੇ ਨਾਲ ਮੈਂਬਰ ਬਣਦੇ ਪੰਚਾਇਤ ਦੇ, ਉਹ ਸਾਰੇ ਪੜ੍ਹੇ ਲਿਖੇ ਹੋਣੇ ਜ਼ਰੂਰੀ ਆ ਜੀ 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 ਜੀ, ਕਿਉਂਕਿ ਪਿੰਡਾਂ ਦੇ ਵਿੱਚ ਵੀ ਬਹੁਤ ਚੰਗੇ ਕੰਮ ਕਰਨ ਦੀ ਲੋੜ ਆ। ਪਿੰਡਾਂ ਦੇ ਵਿੱਚ ਵੀ ਜਿਹੜੇ ਬੱਚੇ ਨਵੀਂ ਪਨੀਰੀ ਆ ਰਹੀ, ਉਹਨਾਂ ਨੂੰ ਗਰਾਊਂਡਾਂ ਚਾਹੀਦੀਆਂ, ਖੇਲਾਂ ਦਾ ਸਮਾਨ ਚਾਹੀਦਾ। ਪਿੰਡਾਂ ਦੇ ਵਿੱਚ ਵੀ ਜਾਂ ਮੀਂਹ ਪੈਂਦਾ ਲੋਕਾਂ ਦੇ ਘਰਾਂ 'ਚ ਪਾਣੀ ਵੜ ਜਾਂਦਾ, ਉੱਥੇ ਵੀ ਸੀਵਰੇਜ ਦਾ ਜਿਹੜਾ ਕੰਮ ਪ੍ਰਬੰਧ ਹੋਣਾ ਚਾਹੀਦਾ। ਸੋ ਇੱਕ ਪੜ੍ਹਿਆ ਲਿਖਿਆ ਇਨਸਾਨ ਹੀ ਇੱਦਾਂ ਦੀਆਂ ਸੋਚ ਸਕਦਾ। ਸੋ ਮੇਰਾ ਤਾਂ ਕਹਿਣ ਦਾ ਮਤਲਬ ਇਹੀ ਹੈ ਵੀ ਇਨਸਾਨ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਹੈ ਜੀ ਜੀ ਜੀ। ਇਹ ਤਜਵੀਜ਼ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੋਸ਼ਿਸ਼ ਹੈ ਕਿ ਸ਼ਾਇਦ ਇਸ ਵਾਰ ਦੀ ਚੋਣਾਂ ਦੇ ਵਿੱਚ ਵੇਖਣ ਨੂੰ ਮਿਲੇ, ਲੇਕਿਨ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਕੈਬਨਿਟ ਨੂੰ ਇਹੀ ਸੁਨੇਹਾ ਪਹੁੰਚਾਇਆ ਜਾ ਰਿਹਾ ਔਰ ਜਸ ਬ੍ਰੋਡਕਾਸਟਿੰਗ ਦੀ ਟੀਮ, ਸਾਡੀ ਵੀ ਟੀਮ ਜ਼ਰੂਰ ਉਹਨਾਂ ਤੋਂ ਇਹ ਸਵਾਲ ਕਰੇਗੀ, ਘੱਟ ਤੋਂ ਘੱਟ ਤੁਹਾਡਾ ਜਿਹੜਾ ਸਰਪੰਚ ਹੈ ਜਿਹੜਾ ਉਹ ਚੋਣਾਂ ਦੇ ਵਿੱਚ ਖੜਾ ਹੋ ਰਿਹਾ, ਉਹ ਘੱਟ ਤੋਂ ਘੱਟ ਮੈਟ੍ਰਿਕ ਦਾ ਪਾਸ ਹੋਵੇ। ਆਪ ਪੜ੍ਹਿਆ ਹੋਏਗਾ ਤਾਂ ਲੋਕ ਗੱਲਾਂ ਨੂੰ ਸਮਝੇਗਾ, ਲਾਅ ਨੂੰ ਸਮਝੇਗਾ, ਆਪਣੇ ਲੀਗਲ ਰਾਈਟ ਨੂੰ ਸਮਝੇਗਾ, ਜੇਕਰ ਖੁਦ ਸਮਝੇਗਾ ਤਾਂ ਹੀ ਕਿਸੇ ਨੂੰ ਸਮਝਾਏਗਾ। ਬਿਲਕੁਲ, ਮੈਂ ਇਸ ਗੱਲ ਤੋਂ ਸਹਿਮਤ ਹੈਗਾ ਜੀ 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 ਜੀ। ਥੈਂਕ ਯੂ ਵੈਰੀ ਮਚ ਜਸਵੰਤ ਜੀ ਫੋਰ
ਕਾਲ ਕਰਨ ਲਈ ਸਾਨੂੰ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਆਲੂਵਾਲੇ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੋਗਲ ਜੀ ਠੀਕ ਹੋ ਜੀ? ਚੜ੍ਹਦੀ ਕਲਾ, ਚੜ੍ਹਦੀ ਕਲਾ, ਦੁਆਵਾਂ ਨੇ ਤੁਹਾਡੀਆਂ। ਜੀ 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 ਪੋਗਲ ਜੀ, ਮੈਂ ਵੇਟ ਕਰ ਰਿਹਾ ਸੀ ਤੁਹਾਡੀ ਕਾਲ ਦੀ। ਜੀ ਕੋਈ ਨਹੀਂ, ਬਹੁਤ ਧੰਨਵਾਦ ਤੁਹਾਡਾ, ਤੁਹਾਡਾ ਪਿਆਰ ਆ, ਤੁਹਾਡਾ ਵੱਡਾਪਣ ਵਾ। ਜੀ 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 ਮੈਂ ਤੇ ਚਲੋ ਸਮਾਂ ਵੀ ਹੋ ਚੱਲਿਆ, ਮੈਂ ਤੇ ਆਲੂਵਾਲ ਸਾਹਿਬ ਇਹ ਕਹਿਣਾ ਚਾਹੁੰਦਾ ਬਈ ਸਾਡੇ ਭੈਣ ਭਰਾ ਜਿਹੜੇ ਕਹਿੰਦੇ ਨੇ ਪੜ੍ਹੇ ਲਿਖੇ ਹੋਣੇ ਚਾਹੀਦੇ, ਜ਼ਰੂਰ ਹੋਣੇ ਚਾਹੀਦੇ ਨੇ। ਜੀ 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 ਪੜ੍ਹੇ ਲਿਖੇ ਹੋਣੇ ਚਾਹੀਦੇ ਨੇ ਕਿ ਜ਼ਮਾਨਾ, ਅੱਜ ਕੱਲ੍ਹ ਪੜ੍ਹਿਆ ਲਿਖਿਆ ਦਾ ਜ਼ਮਾਨਾ ਆ, ਮੀਡੀਆ ਦਾ ਜ਼ਮਾਨਾ ਅਸੀਂ ਮੰਨਦੇ ਹਾਂ, ਪਰ ਲੇਕਿਨ 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 ਪੜ੍ਹਿਆ ਲਿਖਿਆ ਵੀ ਕੀ ਕਰੇ, ਕੀ ਕਰੇਗਾ? ਹੁਣ ਜਿਹੜਾ ਕਹਿੰਦੇ ਮੈਟ੍ਰਿਕ ਪਾਸ ਘੱਟੋ ਘੱਟ ਜ਼ਰੂਰ ਹੋਣਾ ਚਾਹੀਦਾ, ਮੈਟ੍ਰਿਕ ਪੜ੍ਹਿਆ ਕੀ ਸੁਧਾਰ ਕਰੇਗਾ? ਜਿੱਥੇ ਵਕੀਲ, ਜੱਜ, ਪੁਲਿਸ, ਹੋਰ ਵੱਡੇ ਵੱਡੇ ਅਹੁਦੇਦਾਰ ਜਿਹੜੇ ਪੜ੍ਹੇ ਲਿਖੇ ਨੇ ਉਹ ਬੇਈਮਾਨ ਨੇ, ਸੋਚ ਕੇ ਦੇਖੋ ਨਾ, ਉੱਥੇ ਪੜ੍ਹਾਈ ਕੀ ਕਰੇਗੀ ਜਿੱਥੇ ਬੇਈਮਾਨੀ ਖੜੀ ਆ? ਜੀ 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 ਹੁਣ ਜੱਜ ਵਕੀਲ, ਸੁਪਰੀਮ ਕੋਰਟ ਦੇ ਜੱਜ ਵਕੀਲ, ਮਤਲਬ ਅਸੀਂ ਕਹੀਏ ਕਿ ਪੜ੍ਹਿਆ ਲਿਖਿਆ ਹੋਣ ਦੇ ਨਾਲ ਨਾਲ ਇਮਾਨਦਾਰ ਵੀ ਹੋਵੇ। ਅਸਲੀ ਗੱਲ ਤੇ ਇਹ ਆ, ਮੈਂ ਇੱਥੇ ਹੀ ਆਉਣਾ ਸੀਗਾ ਕਿ ਪੜ੍ਹਾਈ ਤੇ ਕਹੀ ਜਾਂਦੇ ਆ ਕਿ ਪੜ੍ਹੇ ਲਿਖੇ ਹੋਣੇ ਚਾਹੀਦੇ ਨੇ, ਮੈਂ ਤੇ ਇਹ ਕਹਿੰਦਾ ਵੀ ਜਿਹੜੇ ਪੜ੍ਹੇ ਲਿਖੇ ਨੇ ਉਹ ਜੇ ਉਹ ਪੜ੍ਹੇ ਉਹਨਾਂ ਦੀ ਪੜ੍ਹਾਈ ਕੀ ਕਰੇਗੀ ਜਦੋਂ ਅੰਦਰ ਬੇਈਮਾਨੀ ਬੈਠੀ ਆ ਲੋਕੇ? ਦੇਖੋ ਨਾ, ਜਿਹੜੇ ਲਾਅ ਬ੍ਰੇਕ ਲਾਅ ਮੇਕਰ ਨੇ ਉਹੀ ਜਿੱਥੇ ਲਾਅ ਬ੍ਰੇਕਰ ਬਣ ਜਾਂਦੇ ਨੇ ਤੇ ਉਹ ਮੁਲਕ ਕੀ ਤਰੱਕੀ ਕਰੇਗਾ, ਇਹ ਦੱਸੋ ਤੁਸੀਂ ਮੈਨੂੰ। ਕਰੈਕਟ 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 ਲਾਅ ਜਿੱਥੇ ਲਾਅ ਮੇਕਰ ਹੀ ਲਾਅ ਬ੍ਰੇਕਰ ਹੋਵੇ, ਲਾਅ ਮੇਕਰ ਨੂੰ ਅੱਗੇ ਵੀ ਲਾਅ ਮੇਕਰ ਦੀ ਗੱਲਾਂ ਨੂੰ ਸਮਝ ਕੇ ਲੋਕਾਂ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਔਰ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਦੱਸਣਾ ਵੀ ਚਾਹੀਦਾ। ਜਿਹੜੇ ਲਾਅ ਮੇਕਰ ਨੇ ਉਹ ਮੁਲਕ ਦੇ ਸੁਧਾਰ ਵਾਸਤੇ, ਲੋਕ ਭਲਾਈ ਵਾਸਤੇ ਕੰਮ ਤਾਂ ਕਰਨਗੇ ਜੇ ਉਹਨਾਂ ਦੀ ਜ਼ਮੀਰ ਜਾਗਦੀ ਹੋਏਗੀ, ਅੰਦਰ ਇਮਾਨਦਾਰੀ ਹੋਏਗੀ, ਅੰਦਰ ਇਨਸਾਨੀਅਤ ਹੋਏਗੀ, ਅੰਦਰ ਇਖਲਾਕ ਹੋਏਗਾ, ਤਾਂ ਇਹ ਗੱਲ ਬਣਨੀ ਹੈ। ਫਿਰ ਭਾਵੇਂ ਮੈਟ੍ਰਿਕ ਪੜ੍ਹਿਆ ਹੋਵੇ, ਭਾਵੇਂ ਅੱਠਵੀਂ ਪੜ੍ਹਿਆ ਹੋਵੇ, ਗੱਲ ਤੇ ਇਮਾਨਦਾਰੀ ਦੀ ਸਾਰੀ। ਜਿੱਥੇ ਡਿਗਰੀਆਂ ਮੁੱਲ ਵਿਕਦੀਆਂ ਹੋਣਗੀਆਂ ਤੇ ਮੈਟ੍ਰਿਕ, ਜੇ ਉਹਨਾਂ ਦੀ ਸ਼ਰਤ ਇਹ ਰਹਿਤੀ ਵੀ ਘੱਟੋ ਘੱਟ ਮੈਟ੍ਰਿਕ ਪੜ੍ਹਿਆ ਹੋਵੇ ਸਰਪੰਚ, ਤੇ ਮੈਂ ਤੁਹਾਨੂੰ ਵਾਅਦਾ ਕਰ ਦਿੰਦਾ, ਜਿੰਨਾ ਕੁ ਅਸੀਂ ਪੜ੍ਹਦੇ ਹਾਂ ਅਖਬਾਰਾਂ ਦੇ ਵਿੱਚ, ਤੇ ਉੱਥੇ ਤਾਂ ਬੀਏ ਦੀਆਂ ਡਿਗਰੀਆਂ ਲੈ ਕੇ ਘੁੰਮਣਗੇ ਲੋਕੀ ਜੇਬ 'ਚ ਪਾ ਕੇ। ਪੋਗਲ ਜੀ, ਇੱਕ ਗੱਲ ਹੋਰ ਵੀ ਤਜਵੀਜ਼ ਇੱਥੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਬੈਲਟ ਪੇਪਰ ਤੇ ਚੋਣਾਂ ਨਾ ਹੋਣ, ਈਵੀਐਮ ਤੇ ਚੋਣਾਂ ਹੋਣ। ਦੇਖੋ ਜੀ, ਹੁਣ ਪਿੱਛੇ ਏਵੀਐਮ ਤੇ ਇਹਨਾਂ ਮਸ਼ੀਨਾਂ ਤੇ ਦੇਖੋ ਜੀ ਕਿੰਨਾ ਕਿੰਨਾ ਰੌਲਾ ਦੁਨੀਆਂ 'ਚ ਪਿਆ, ਹੋਰ ਸਾਰੀ ਦੁਨੀਆਂ ਦੇ ਵਿੱਚ ਬੈਲਟ ਪੇਪਰ ਚੱਲਦੇ ਨੇ, ਇੰਡੀਆ ਵਿੱਚ ਇਹ ਮਸ਼ੀਨਾਂ ਦੀ ਲੋੜ ਕਿਉਂ ਪੈ ਗਈ ਆ? ਮੈਂ ਇਹ ਸੋਚਦਾ ਕਿ ਇਹ ਮਸ਼ੀਨਾਂ ਉਹ ਲੈ ਕੇ ਆਉਣਗੇ ਜਿਹਨਾਂ ਨੇ ਫੇਰਾ ਫੇਰੀ ਕਰਨੀ ਹੋਵੇ। ਜਿਹੜੀ ਅਸਲੀ ਗੱਲ ਵਾ ਉਹ ਪੜ੍ਹਾਈ ਨਹੀਂ ਹੈ, ਉਹ ਇਮਾਨਦਾਰੀ ਹੀ ਹੈ, ਉਹ ਜ਼ਿੰਦਾ ਜ਼ਮੀਰ ਦੀ ਗੱਲ ਵਾ ਸਾਰੀ। ਜੇ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਨਾ ਤੇ ਸਾਨੂੰ ਜੜ ਨੂੰ ਮਜ਼ਬੂਤ ਕਰਨਾ ਪਏਗਾ, ਔਰ ਜੋ ਜੜ ਨੂੰ ਮਜ਼ਬੂਤ ਕਰੇਗਾ ਉਹ ਪੜ੍ਹਿਆ ਲਿਖਿਆ ਹੋਣ ਦੇ ਨਾਲ ਨਾਲ ਇਮਾਨਦਾਰ ਵੀ ਹੋਣਾ ਚਾਹੀਦਾ। ਬਿਲਕੁਲ, ਮੈਂ ਸਹਿਮਤ ਹਾਂ ਤੁਹਾਡੇ ਨਾਲ। ਇਹ ਗੱਲ ਮੈਂ ਤੁਸੀਂ ਨਹੀਂ ਕਹਿ ਰਹੇ, ਮੈਂ ਨਹੀਂ ਕਹਿ ਰਿਹਾ, ਇਸ ਗੱਲ ਤੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਮੋਹਰ ਲਾਈ ਆ ਕਿ ਮਨ ਮੈਲੇ ਸਭ ਕੁਛ ਹੈ ਮੈਲਾ, ਤਾਂ ਧੋਤੇ ਮਨ ਹੱਛਾ ਨਾ ਹੋਏ। ਜੀ 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 ਜਦੋਂ ਸਿਆਸੀ ਲੋਕ ਜਦੋਂ ਰਾਜਨੀਤਿਕ ਲੋਕਾਂ ਦੀ ਜਿਹੜੀ ਨੀਅਤ ਆ ਉਹ ਖੋਟੀ ਹੋਏਗੀ ਤੇ ਉਹਨਾਂ ਦੀ ਰਾਜਨੀਤੀ ਵੀ ਖੋਟੀ ਹੋਏਗੀ, ਉਹਨਾਂ ਦੇ ਧਰਮ ਕਰਮ ਵੀ ਖੋਟੇ ਹੋਣਗੇ, ਉਹਨਾਂ ਦੇ ਹੋਰ ਕਰਮ ਵੀ ਖੋਟੇ ਹੋਣਗੇ, ਕਿਉਂਕਿ ਮਨ ਖੋਟਾ ਆ, ਅੰਦਰ ਇਮਾਨਦਾਰੀ ਕੋਈ ਨਹੀਂ। ਬੋਗਲ ਜੀ, ਬਹੁਤ ਜ਼ਿਆਦਾ ਜ਼ਰੂਰਤ ਹੈ ਸਿਆਸਤਦਾਨਾਂ ਨੂੰ ਇਹ ਗੱਲਾਂ ਸਮਝਾਉਣ ਦੀ। ਮੈਨੂੰ ਲੱਗਦਾ ਹੈ ਕਿ ਇੱਕ ਸੇਵਾ ਨਿਭਾ ਕੇ ਇਹਨਾਂ ਦੇ ਅੱਗੇ ਇਹ ਗੱਲਾਂ ਸਮਝਾਈਆਂ ਜਾਣ। ਤੁਸੀਂ ਬਹੁਤ ਹੀ ਸੋਹਣਾ ਸਮਝਾਉਂਦੇ ਹੋ, ਔਰ ਮੈਨੂੰ ਲੱਗਦਾ ਕਿ ਕਿੱਥੇ ਨਾ ਕਿੱਥੇ ਉਹਨਾਂ ਦੀ ਕੀ ਪਤਾ ਜ਼ਮੀਰ ਜਗ ਪਵੇ ਉਹਨਾਂ ਦਾ। ਮੈਂ ਕੋਸ਼ਿਸ਼ ਵੀ ਕਰਦਾ ਕਿ ਜਿਹੜੇ ਵਿਊਅਰਸ ਮੈਨੂੰ ਦੇਖਦੇ ਨੇ, ਵਾਕਈ ਅਗਰ ਤੁਸੀਂ ਆਪਣੇ ਹਲਕੇ ਦੇ ਵਿੱਚ ਜਿਹੜਾ ਤੁਹਾਡਾ MLA ਹੈ, ਦਿਨ 'ਚ ਨਹੀਂ ਇੱਕ ਹਫ਼ਤੇ 'ਚ ਇੱਕ ਕਾਲ ਉਹਨੂੰ ਕਰ ਲਿਆ ਕਰੋ, ਔਰ ਉਹਨੂੰ ਅਜਿਹੀਆਂ ਗੱਲਾਂ ਕਰ ਦਿਆ ਕਰੋ ਕਿ ਕੀ ਪਤਾ ਉਹਦਾ ਜ਼ਮੀਰ ਜਾਗੇ। ਔਰ ਸ਼ਾਇਦ ਆਲੂਵਾਲੇ ਸਾਹਿਬ ਜਾਣ ਤੋਂ ਪਹਿਲਾਂ ਇੱਕ ਗੱਲ ਮੈਂ ਕਰ ਦਵਾਂ ਹੋਰ। ਜੀ 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 ਇੱਕ ਗੱਲ ਮੈਂ ਹੋਰ ਕਰ ਦਿੰਦਾ, ਕਿਉਂ ਟਾਈਮ ਤੇ ਹੋ ਗਿਆ ਤੁਹਾਡੇ ਜਾਣ ਵਾਲੇ ਆਪਾਂ। ਜੀ ਪੋਗਲ ਜੀ, ਜਲਦੀ ਕੰਪਲੀਟ ਕਰਿਓ। ਮੈਂ ਉਹ ਕਰਨ ਲੱਗਾ, ਤੁਸੀਂ ਮੈਨੂੰ ਇਮਾਨਦਾਰੀ ਨਾਲ ਦੱਸਿਓ ਕਿ ਇੰਡੀਆ ਦੇ ਵਿੱਚ ਤੁਸੀਂ ਮੀਡੀਆ ਦੇ ਵਿੱਚ ਹੋ, ਅਸੀਂ ਅਖਬਾਰਾਂ ਰੋਜ਼ ਪੜ੍ਹਦੇ ਹਾਂ, ਨਾਂ ਲੈਣ ਦੀ ਲੋੜ ਨਹੀਂ ਵੀ ਕਿੰਨਿਆਂ ਲੋਕਾਂ ਨੇ ਇਹ ਕਹਿ ਕੇ ਆਪਣੀਆਂ ਜੋਬਾਂ ਲਈਆਂ ਨੇ, ਨੌਕਰੀਆਂ ਲਈਆਂ ਨੇ, ਜਿਹਨਾਂ ਦੇ ਕੋਲ ਡਿਗਰੀਆਂ ਜਿਹੜੀਆਂ ਨੇ ਜਾਲੀ ਨਿਕਲੀਆਂ ਨੇ। ਕਰੈਕਟ 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 ਨਾਂ ਨਹੀਂ ਮੈਂ ਲੈਣਾ, ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ। ਜੀ 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 ਜੀ
खुशहाल करना है। पोगल जी बिल्कुल सही किया और मैनू लगता है कि इसी तरीके दी और इसी तरफ सोचने की लोड़ हैगी है कि एक मैट्रिक पास तो होवे लेकिन उस तो ज़्यादा गल है कि ईमानदारी होवे। ईमानदार होएगा तो ही सुनहरा होएगा साडा पंजाब। सिर्फ मैट्रिक पास नहीं ईमानदार भी चाहिए पंजाब नू। जेकर तुहानू अज दा प्रोग्राम वधिया लग्या होना अज दा मुद्दा वधिया लग्या होना जेकर तुसी चाहुंदे हो किसी होर मुद्दियां दे उत्ते भी गल की जाए तो info@justbroadcasting.com harkirat@justbroadcasting.com दे उत्ते तुसी मैनू लिख सकते हो। जेकर असी कोई गलती भी करते हैं तां वी तुसी लिखिया करो जरूर अपने फीडबैक दिया करो। शिलांगा दे नाल नाल सानू लोड़ हैगी आ उन्हां भी फीडबैक दी उन्हां भी कंप्लेंट दी जो कि तुहानू लगता कि यह भी असी मुद्दे दे विच लैके आईए इन्हां मसलों के उत्ते भी असी विचार वटांदरा करिए। लेकिन फिलहाल अज मैनू समां इजाजत नहीं दे रहा। बहुत बहुत धन्यवाद। सत श्री अकाल। वेखदे रहा करो साडा चैनल जस पंजाबी।